ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵਿੰਦਰ ਸਿੰਘ ਨੇ ਸਰਕਤ ਪ੍ਰਸ਼ਾਸਨ ਦੀ ਕਮੀ ਆਸਰ ਸਾਡੇ ਤੋਂ ਸਰ ਸਾਨੂੰ ਇਹਨਾਂ ਨੇ ਕਣਕ ਦੀ ਸਾਨੂੰ ਪਹਿਲਾਂ ਸਾਡੇ ਤੋਂ 12 ਵਜੇ ਆਏ ਆ ਬਰਾੜੀ ਗਰਾਊਂਡ ਦੇ ਬੈਠੇ ਸੀ ਸਾਡੇ 7 ਵਜੇ ਟਾਈਮ ਸੀਗਾ।
अमृत इना अगे ना जा मेरा भरा अमृत इना अगे ना जा मेरा भरा जिहड़े उस वेले लंगर जिहड़े अपने को 4 दिन पहले बाहर आए सी जिन्हां रोंदे होए अपने मुखरी वो सारे उस केस अंदर ने 9 लोग एक जिहड़ा सी नौजवान बच्चा सी उन्होंने छड़ दिता सीगा ते बाकी 9 लोगों नूं करता सीगा उन्होंने दस्सिया कि असीं लंगर बना रहे सी ਤੁਸੀਂ ਇਹਨਾਂ ਦੀ ਸਟੋਰੀ ਸੁਣ ਲਈ ਆ ਉਹਨਾਂ ਨੇ ਵੀ ਇਹ ਦੱਸਿਆ ਸੀ ਕਿ ਅਸੀਂ ਤਾਂ ਆਰਾਮ ਨਾਲ ਲੰਗਰ ਕੋਲ ਬੁਰਾੜੀ ਦੇ ਅੰਦਰ ਸ਼ਾਮ ਨੂੰ ਜਦੋਂ ਕਿ ਇਹ ਵਾਕਿਆ 28 ਤੋਂ 26 ਤੋਂ ਬਾਅਦ ਤਾਂ ਕੋਈ ਲੈਣਾ ਨਹੀਂ ਦੇਣਾ ਨਹੀਂ ਉਹਦੇ ਨਾਲ ਸਿਰਫ ਇਹ ਗੱਲ ਸੀ ਕਿ ਵੀ ਹਾਂ ਹਾਂ ਅਸੀਂ ਅੰਦਰ ਦੇਣਾ ਹੈ ਤੇ ਚੁੱਕ ਕੇ ਮੁਕਰਮਾ ਦੇ ਕਰਕੇ ਦੇ ਅੰਦਰ ਦੇ ਦਿੱਤਾ ਤੁਸੀਂ ਆਪਾਂ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਤਾਂ ਹੋਰ ਵੀ ਕਿਸਾਨ ਹੈ ਤੁਹਾਡਾ ਵੀ ਗੱਲ ਨਾਮ ਹੈ ਤਾਂ ਅਸੀਂ ਸਾਰੇ ਨਾਲ ਕਰਾਂਗੇ ਗੱਲ ਕਿਉਂਕਿ ਵਾਕਿਆ ਜਾਣਨਾ ਜ਼ਰੂਰੀ ਹੈ ਕਿ ਅੰਦਰ ਦੀ ਹਾਲਾਤ ਕਿੱਦਾਂ ਦੇ ਨੇ ਕਿਉਂਕਿ ਕਿਸਾਨ ਬਹੁਤ ਜ਼ਿਆਦਾ ਨੇ ਅੰਦਰ ਅੰਦਰ ਦੇ ਹਾਲਾਤ ਦਾ ਨਹੀਂ ਦੱਸਦੇ ਪਏ ਮੈਂ ਵੀ ਦੱਸਣਾ ਸੀ ਬਿਲਕੁਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੇ ਸਾਡੇ ਸਿੰਘ ਸੀਗੇ ਉਹਨਾਂ ਨੂੰ ਅੱਗੇ ਕਰ ਦਿਓ ਜਿਹੜੇ ਡੀਡੀਏ ਗਰਾਊਂਡ ਬਰਾੜੀ ਤੋਂ ਚੱਕ ਲਈ ਪਹਿਲਾਂ ਪੁਲਿਸ ਆਈ ਪੁਲਿਸ ਕਹਿੰਦੀ ਮੈਂ ਸਿਲੰਡਰ ਕਰ ਦਿਓ ਮੇਰੇ ਨਾਲ ਗੱਲ ਹੋਈ ਏਸੀਪੀ ਦੀ ਮੈਂ ਕਿਹਾ ਸਿਲੰਡਰ ਨਹੀਂ ਕਰਨਾ ਮੈਂ ਕਿਹਾ ਸੁਪਰੀਮ ਕੋਰਟ ਦੀ ਜਿਹੜੀ ਧਾਰਾ ਉਹਦੇ ਮੁਤਾਬਕ ਸਾਡਾ ਅੰਦੋਲਨ ਠੀਕ ਹੈ ਬਿਲਕੁਲ ਇਹਨਾਂ ਨੇ ਕਿ ਸ਼ਾਮ ਨੂੰ ਕੀ ਕੀਤਾ ਸ਼ਾਮ ਨੂੰ 9 ਬੰਦਿਆਂ ਨੂੰ ਜੀਤ ਸਿੰਘ ਨੂੰ ਗੁਰਮੁਖ ਸਿੰਘ ਨੂੰ ਜੋ ਕਿਸਾਨ ਯੂਨੀਅਨ ਅੰਮ੍ਰਿਤਸਰ ਦਾ ਪ੍ਰੈਜ਼ੀਡੈਂਟ ਸੀ ਫਤਿਹਗੜ੍ਹ ਸਾਹਿਬ ਦੇ ਇਹ ਗੁਰਦਿਆਲ ਸਿੰਘ ਹੈ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਹਰਿਆਣੇ ਦੇ ਹੁਸ਼ਿਆਰਪੁਰ ਦੇ ਪ੍ਰੈਜ਼ੀਡੈਂਟ ਹੈ ਉਹ ਬਲਵਿੰਦਰ ਸਿੰਘ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਟਾਂਡੇ ਦੇ ਪ੍ਰੈਜ਼ੀਡੈਂਟ ਹੈ ਇਹ ਸਰਦਾਰ ਪ੍ਰਗਟ ਸਿੰਘ ਜੀ ਫਿਰੋਜ਼ਪੁਰ ਜ਼ਿਲ੍ਹੇ ਦੇ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਮੇਰਾ ਭਾਣਜਾ ਸਰਦਾਰ ਜਗਿੰਦਰ ਸਿੰਘ ਜੀ ਗੋਹਾ ਜੋਸ਼ੀ ਦੀ ਪਰਿਵਾਰ ਦੇ ਵਿੱਚੋਂ ਹੈ ਉਹ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਹੈ ਉਸ ਤੋਂ ਬਾਅਦ ਸਰਦਾਰ ਸਵਰਨ ਸਿੰਘ ਜਿਹਨੇ ਕੱਲ੍ਹ ਨੂੰ ਆਉਣਾ ਕੁਲਵਿੰਦਰ ਸਿੰਘ ਜੀ ਖਾਲਿਸਤਾਨੀ ਉਹ ਸਾਡੇ ਸੋਸ਼ਲ ਮੀਡੀਆ ਦਾ ਇੰਚਾਰਜ ਹੈ ਕਹਿਣ ਤੋਂ ਬਾਅਦ 9 ਬੰਦਿਆਂ ਨੇ ਇਹਨਾਂ ਨੂੰ ਜ਼ਬਰਦਸਤੀ ਚੁੱਕਿਆ ਸਾਡੇ 5 ਟੈਂਟ ਚੱਕ ਲਏ ਆਟਾ ਚੱਕ ਕੇ ਲੈ ਗਏ ਮੇਰੀ ਧਰਮ ਪਤਨੀ ਦੇ ਕੱਪੜੇ ਚੱਕ ਕੇ ਲੈ ਗਏ ਉਸ ਤੋਂ ਬਾਅਦ ਸਾਡੇ ਸਿਲੰਡਰ ਚੱਕ ਕੇ ਲੈ ਗਏ ਉਸ ਤੋਂ ਬਾਅਦ 100 ਬਿਸਤਰਾ ਚੱਕ ਕੇ ਲੈ ਗਏ 100 ਕੰਬਲ ਚੱਕ ਕੇ ਲੈ ਗਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2 ਸਾਨੂੰ ਭੱਠੀਆਂ ਦਿੱਤੀਆਂ ਗਰਮ ਪਾਣੀ ਵਾਲੀਆਂ ਉਹ ਵੀ ਚੱਕ ਕੇ ਲੈ ਗਏ ਗੱਲ ਤਾਂ ਹੈ ਹੁਣ ਤਾਂ ਬਰਾੜੀ ਗਰਾਊਂਡ ਖਾਲੀ ਆ ਪਰ ਆਪਾਂ ਇੱਕ ਵਾਰੀ ਹਾਲਾਤ ਜਾਣ ਲਈ ਅੰਦਰ ਗਏ ਉਸੇ ਨੇ ਆਜੇ ਅੱਗੇ ਆ ਉਹ ਅੰਦਰ ਕਿਹੜਾ ਹਾਲਾਤ ਨੇ ਸਰਦਾਰ ਜੀ ਅੰਦਰ ਦੇ ਹਾਲਾਤ ਕੀ ਨੇ ਇਹ ਦੱਸੋ ਥੋੜਾ ਜਿਹਾ ਜਿਹੜੇ ਤਾਂ ਸਰਕਲ ਲਾਈਟ ਕਰ ਦਿਓ ਪਲੀਜ਼ ਸਰ ਥੋੜਾ ਵੱਡਾ ਕਰ ਦਿਓ ਘੇਰਾ ਥੋੜਾ ਖੁੱਲਾ ਕਰ ਦਿਓ ਉੱਥੇ ਤਾਂ ਹਾਲਾਤ ਸੀਗੇ ਬਹੁਤ ਘੇਰਾ ਕਿਉਂਕਿ ਜਿਹੜਾ ਤਿਹਾੜ ਜੇਲ੍ਹ ਦਾ ਚੱਕਰ ਤੇ ਬੰਦਾ ਹੈ ਨਾ ਮੈਂ ਉਹਦਾ ਨਾਮ ਤਾਂ ਨਹੀਂ ਜਾਣਦਾ ਆਇਆ ਹੋਇਆ ਤੇ ਉਹਨੂੰ ਅੰਦਰ ਚੱਕਰ 'ਚ ਜਿੱਥੋਂ ਕਿ ਉਹਨਾਂ ਨੇ ਸਾਡੇ ਨਾਂ ਪਤਾ ਲਿਖਿਆ ਸੀ ਉਹ ਲਿਖਦੇ ਉਹਨੂੰ ਇੰਨਾ ਕੁੱਟਿਆ ਉਹਦੇ ਕੱਪੜੇ ਲਵਾ ਕੇ ਤੇ ਉਹਨੂੰ ਐਂ ਕਰਕੇ ਕੀਤਾ ਵੀ ਕੰਧ ਨਾਲ ਪਾ ਜੱਫਾ ਜੇ ਤੂੰ ਕਰੇਗਾ ਜੇ ਤੂੰ ਕਰੇਗਾ ਨਾ ਚੀਕ ਮਾਰੇਗਾ ਜਾਂ ਰੌਲਾ ਪਾਏਗਾ ਤੇ ਤੇਰੇ 16 ਡਾਂਗਾਂ ਵੱਜਣਗੀਆਂ ਤੇਰੇ 16 ਡਾਂਗਾਂ ਵੱਜਣਗੀਆਂ ਨਹੀਂ ਤੇ 8 ਮਾਰਾਂਗੇ ਤੇ ਜੇ ਤੂੰ 2 ਚੀਕਾਂ ਮਾਰੀਆਂ ਤੇ ਤੇਰੇ 32 ਡਾਂਗਾਂ ਵੱਜਣਗੀਆਂ ਉਹਨਾਂ ਨੇ ਜੀ ਉਹਨੂੰ ਬਹੁਤ ਕੁੱਟਿਆ ਉਹਨੂੰ ਟੋਰਚਰ ਕੀਤਾ ਜਦੋਂ ਸਾਡੀ ਵਾਰੀ ਆਈ ਉਹ ਅਗਲੇ ਦਿਨ ਸਾਨੂੰ ਉੱਥੇ ਅੰਦਰ ਜਦੋਂ ਤਿਹਾੜ ਜੇਲ੍ਹ ਦੇ ਵਿੱਚ ਪਿੰਡਰ ਹੋਏ ਹਾਂ ਉਹ ਦਰਬਾਰ ਨੇ ਸਾਨੂੰ ਚਾਹ ਪਾਣੀ ਪਿਆ ਮੈਂ ਗੱਲ ਕਰੂੰਗਾ ਸੱਚੀ ਜੋ ਹੋਈ ਹੈ ਉਹਨੇ ਸਾਨੂੰ ਚਾਹ ਪਾਣੀ ਛਕਾਇਆ ਅਤੇ ਉਹਨੇ ਸਾਨੂੰ ਕੋਈ ਚਾਨੀ ਮਾਨ ਨਹੀਂ ਬੋਲਿਆ ਜਦੋਂ ਅਸੀਂ ਚੱਕਰ 'ਤੇ ਗਏ ਉਸੇ ਬੰਦੇ ਕੋਲ ਉਹ ਮੈਨੂੰ ਵੀ ਲੱਗਿਆ ਉੱਚਾ ਨਹੀਂ ਮੈਂ ਬੋਲਣ ਮੈਂ ਕਿਹਾ ਜੀ ਤੁਹਾਡਾ ਜਿਹੜਾ ਕੰਮ ਹੈ ਤੁਸੀਂ ਉਹ ਕਰੋ ਅਸੀਂ ਆਪਦੇ ਸਿਆਸੀ ਲੜੇ ਹਾਂ ਹੱਕਾਂ ਲਈ ਲੜੇ ਹਾਂ ਉੱਥੇ ਸਾਡੀ ਇਸ ਤਰ੍ਹਾਂ ਇੰਟਰਵਿਊ ਲੈ ਰਹੇ ਸੀ ਜਿਵੇਂ ਉਹਨਾਂ ਨੂੰ ਬੜਾ ਸਿਖਾ ਕੇ ਪਾਇਆ ਹੋਵੇ ਅੱਛਾ ਗੱਲ ਕੀ ਸਵਾਲ ਕੀ ਕਰਦੇ ਸੀ ਸਵਾਲ ਕੀ ਕਰਦੇ ਸੀ ਤੁਹਾਨੂੰ ਕਾਲੇ ਕਾਨੂੰਨਾਂ ਬਾਰੇ ਕੀ ਪਤਾ ਆਪ 2-2 250 ਰੁਪਇਆ ਦਿਹਾੜੀ 'ਤੇ ਆਏ ਹੋ ਆਪਕੋ ਕੁਛ ਮਾਲੂਮ ਨਹੀਂ ਆਪਕੋ ਵਰਗਲਾ ਕੇ ਲਿਆ ਗਿਆ ਮੈਂ ਕਿਹਾ ਜੀ ਇਹ ਗੱਲ ਨਹੀਂ ਹੈ
ਤੁਸੀਂ ਇਦਾਂ ਦੀ ਵੀ ਗੱਲ ਕੋਈ ਕਿਸੇ ਦਾ ਨਾਮ ਲੈਂਦੇ ਸੀ ਕਿ ਇਹਨਾਂ ਦਾ ਨਾਮ ਬੋਲੋ ਤੁਸੀਂ ਇਹਨਾਂ ਦੇ ਖਿਲਾਫ ਬੋਲੋ ਉਹ ਥਾਣੇ ਦੀ ਗੱਲਾਂ ਹੋਈਆਂ ਜੇਲ੍ਹ ਦੀ ਗੱਲ ਜਿਹੜੀ ਹੈ ਉਹ ਇਹ ਸੀ ਕਿ ਸਾਡੀ ਇੰਟਰਵਿਊ ਵੱਖ ਵੱਖ ਬੰਦਿਆਂ ਤੋਂ ਲਈ ਉਹਨਾਂ ਨੇ ਕਿ ਤੁਸੀਂ ਕਿੰਨੀ ਦਿਹਾੜੀ ਲੈਂਦੇ ਤੁਹਾਨੂੰ ਕੌਣ ਵਰਗਲਾ ਕੇ ਲਿਆ ਮੈਂ ਕਿਹਾ ਸਾਨੂੰ ਵਰਗਲਾ ਕੇ ਕੋਈ ਨਹੀਂ ਲਿਆਇਆ ਇਹ ਸਾਡਾ ਕਿਸਾਨੀ ਸੰਘਰਸ਼ ਚੱਲਦਾ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੇ ਜਿਹੜਾ ਅੱਗੇ ਆ ਰਹੀ ਪੀੜ੍ਹੀ ਉਹਦੇ ਮੁਤਾਬਕ ਚੱਲਦੀਆਂ ਉੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ 'ਤੇ ਸਾਡੇ ਪ੍ਰੈਜੀਡੈਂਟ ਸਰਦਾਰ ਜਸਵੰਤ ਸਿੰਘ ਕਾਹਨ ਸਿੰਘ ਵਾਲਾ ਮੇਰੇ ਮਾਮਾ ਜੀ ਨੇ ਮੈਂ ਕਿਹਾ ਉਹਨਾਂ ਨੇ ਬਰਗਾੜੀ ਅੱਜ ਪੌਣੇ ਦੋ ਮਹੀਨੇ ਤੋਂ ਉੱਥੇ ਬੈਠੇ ਬਿਲਕੁਲ ਸ਼ਾਂਤ ਅਸੀਂ ਤਾਂ ਰੋਟੀਆਂ ਪਕਾ ਰਹੇ ਸੀਗੇ ਮੈਂ ਖਾ ਲਈ ਸੀ ਸਵਰਨ ਸਿੰਘ ਰਾਣੇ ਖਾਣੀ ਸੀ ਇਹਨਾਂ ਨੇ ਵੀ ਖਾਣੀ ਸੀ ਅੱਛਾ ਉੱਥੋਂ ਸਾਨੂੰ ਫਟਾਫਟ ਏ ਸੀ ਪੀ ਆਏ ਮੈਂ ਕਿਹਾ ਜੀ ਸਾਡਾ ਸਮਾਨ ਇੱਥੇ ਬਹੁਤ ਜ਼ਿਆਦਾ ਹੈ ਇਹ ਕਿੱਧਰ ਲਿਆਊਗਾ ਸਾਡੀ ਅਲਮਾਰੀ 'ਚ ਸਾਰਾ ਅਸੀਂ ਇਕੱਲੀ ਇਕੱਲੀ ਚੀਜ਼ ਦੀ ਫੋਟੋਗ੍ਰਾਫੀ ਕੀਤੀ ਹੋਈ ਹੈ ਜਿਹੜਾ ਸਮਾਨ ਨਾ ਮਿਲਿਆ ਸਾਡੇ ਕੋਲ ਬੈਠੇ ਸੱਸਾ ਸਾਹਿਬ ਵੀ ਸਾਰਾ ਸਾਡਾ ਜਿਹੜਾ ਪੈਨਲ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹ ਸਾਰਾ ਸਮਾਨ ਅਸੀਂ ਲੈ ਕੇ ਰਵਾਂਗੇ ਉੱਥੇ ਇਹਨਾਂ ਨੇ ਬਿਲਕੁਲ ਸਾਡੀ ਇੱਕ ਨਹੀਂ ਸੁਣੀ ਗੁਰਮੁਖ ਸਿੰਘ 80 ਸਾਲ ਦਾ ਬੰਦਾ ਸੀ ਉਹ ਆਰਮੀ 'ਚ ਸੂਬੇਦਾਰ ਰਹਿ ਚੁੱਕਿਆ ਉਸ ਬੰਦੇ ਨੂੰ ਇਹਨਾਂ ਨੇ ਬੁਰੀ ਤਰ੍ਹਾਂ ਧੱਕੇ ਮਾਰੇ ਅਤੇ ਬੜਾ ਬੁਰਾ ਹਾਲ ਕੀਤਾ ਪੁਲਿਸ ਨੇ ਵੈਸੇ ਸਾਨੂੰ ਨਹੀਂ ਕਿਹਾ ਕੁਛ ਥੋੜ੍ਹਾ ਉਹਨਾਂ ਨੂੰ ਬਹੁਤ ਕਿਹਾ ਉਹਨਾਂ ਨੂੰ ਬਹੁਤ ਮਾੜਾ ਹਾਲ ਦਿੱਤਾ ਹੁਣ ਕਿਸਾਨ ਨੌਜਵਾਨ ਵੀ ਹੈਗੇ ਨੇ ਅੰਦਰ ਬਜ਼ੁਰਗ ਵੀ ਹੈਗੇ ਨੇ ਉਹਨਾਂ ਦੇ ਨਾਲ ਕਿਹੋ ਜਿਹਾ ਮੀਟਿੰਗ ਕੀਤਾ ਜਾ ਰਿਹਾ ਜਿਹੜੀ ਜਿਹੜੀ ਰੋਹਨੀ ਜੇਲ੍ਹ ਹੈ ਨਾ ਇਹਨਾਂ ਨੇ ਸਾਡਾ ਜਿਵੇਂ ਮਾਂ ਕਰਦੀ ਹੈ ਨਾ ਬੱਚੇ ਦਾ ਉਵੇਂ ਕੀਤਾ ਮੈਂ ਸੱਚ ਬੋਲੂੰਗਾ ਮੈਂ ਝੂਠ ਨਹੀਂ ਬੋਲੂੰਗਾ ਰੋਹਨੀ ਜੇਲ੍ਹ ਨੇ ਸਾਡੇ ਨਾਲ ਬਹੁਤ ਕੀਤਾ ਸਾਡੇ ਕੋਲ ਲੀੜਾ ਕੱਪੜਾ ਨਹੀਂ ਸੀ ਉਹ ਸਾਡੇ ਭਰਾ ਸਾਹਿਬ ਸਾਡੇ ਪ੍ਰਧਾਨ ਸਾਹਿਬ ਨੇ ਸਾਡੇ ਕੋਲ ਪਹੁੰਚਾਤਾ ਇਹਨਾਂ ਨੇ ਕਿੱਟ ਭੇਜੀ ਚਲੋ ਵਕੀਲਾਂ ਦਾ ਪੈਨਲ ਭੇਜਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਹਮਲਾ ਮਾਰਿਆ ਇਹ ਅਸੀਂ ਸਾਰੇ ਇਹਦਾ ਇਹਨਾਂ ਦਾ ਧੰਨਵਾਦ ਕਰ ਰਹੇ ਹਾਂ ਔਰ ਅੱਜ ਲੋੜ ਹੈ ਸਾਨੂੰ ਅੱਜ ਪੂਰੀ ਕੌਮ ਨੂੰ ਲੋੜ ਹੈ ਪੂਰੀ ਲੋਕਾਈ ਨੂੰ ਲੋੜ ਕੇ ਇਕਜੁੱਟ ਹੋ ਕੇ ਜ਼ਬਰ ਦੇ ਖਿਲਾਫ ਅਸੀਂ ਲੜਾਈ ਲੜੀ ਲੋਕ ਲੰਗਰ ਵੀ ਛੱਕ ਕੇ ਜਾਂਦੇ ਸੀ ਤੁਹਾਡੇ ਕੋਲੋਂ ਉਹਨਾਂ ਨੇ ਜੋ ਸ਼ਬਦ ਕੀਤਾ ਮੈਂ ਕਿਹਾ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਉਹਨਾਂ ਨੂੰ ਏਸੀਪੀ ਨੂੰ ਕਿਹਾ ਵੀ ਅਸੀਂ ਉਹ ਹੀ ਹਾਂ ਜਿੱਥੋਂ ਸਾਡਾ ਸਰ ਉਹ ਸਾਹਮਣੇ ਫੇਸ ਰੱਖਿਆ ਸਾਡੇ ਨੇ ਸਿਰ ਖਾਂਦਾ ਰਿਹਾ ਸਾਡੀ ਚਾਹ ਪੀਂਦਾ ਰਿਹਾ ਅੱਜ ਅਸੀਂ ਹੋਰ ਨਹੀਂ ਹੋ ਗਏ ਅਰੇ ਐਸੀ ਬਾਤ ਮਤ ਬੋਲੋ ਉਹ ਹੋ ਗਿਆ ਜੋ ਹੋਣਾ ਨੌ ਆਦਮੀ ਕੈਸੇ ਧਰਨਾ ਦਿੰਦੇ ਨੇ ਮੈਂ ਕਿਹਾ ਅੰਨਾ ਹਜ਼ਾਰੇ ਇੱਕ ਆਦਮੀ ਦੇ ਸਕਦਾ ਹੈ ਕਿਆ ਹਮ ਨੌ ਆਦਮੀ ਨਹੀਂ ਕੱਲ੍ਹ ਹਮਾਰੇ ਪੂਰੇ ਆਦਮੀ ਥੇ ਆਪ ਆ ਜਾਤੇ ਉਠਾ ਲੇਤੇ ਔਰ ਕੱਲ੍ਹ ਕੋ ਅੱਜ ਨੌ ਕਿਆ ਕੱਲ੍ਹ ਨੂੰ 9,000 ਵੀ ਹੋ ਸਕਦਾ ਹੈ 9,00,000 ਵੀ ਹੋ ਸਕਦਾ ਹੈ ਅਭੀ ਅੰਦੋਲਨ ਤਾਂ ਚੱਲ ਰਿਹਾ ਨਾ ਆਪਣੇ ਐਸਾ ਕਰ ਦਿਆ ਇਹ ਵੀ ਸੱਚ ਬਾਤ ਉੱਧਰ ਬੋਲੀ ਗਈ ਹਮੇਂ ਪੁੱਛਾ ਗਿਆ ਤਿਹਾੜ ਮੇਂ ਅਰੇ ਆਪਣੇ ਤਾਂ ਤਿਰੰਗੇ ਕੀ ਐਸੀ ਕੀ ਤੈਸੀ ਫੇਰ ਦਈ ਮੈਂ ਕਿਹਾ ਤਿਰੰਗੇ ਕੀ ਇੱਜ਼ਤ ਕੈਸੇ ਕੀ ਜਾਤੀ ਹੈ ਇਹ ਆਪ ਲੋਕ ਸਿਖਾਤੇ ਹੋ ਹਮੇਂ ਇਹ ਬਾਤ ਹਮਨੇ ਉਹ ਚੱਕਰ ਵਾਲੇ ਕੋ ਬੋਲੀ 95% ਕੁਰਬਾਨੀਆਂ ਦੀਆਂ ਤਿਰੰਗੇ ਕੇ ਲੀਏ ਸਿੱਖ ਲੋਕੋ ਨੇ ਸਿੱਖ ਭਾਈਓ ਨੇ ਔਰ ਆਪ ਸਿਖਾ ਰਹੇ ਹੋ ਆਪਕੀ ਚੀਚੀ ਮੇਂ ਖੂਨ ਨਹੀਂ ਬਗੈਰ ਬਹਿ ਹੈ ਆਜ ਤਿਰੰਗਾ ਜੇ ਹਮੇਂ ਮਾਰ ਰਹਾ ਹੈ ਤਾਂ ਹਮ ਤਿਰੰਗੇ ਨੂੰ ਕਿਆ ਕਰੇ ਸਿਰ ਪੇ ਲਾਏ ਇਹ ਮੈਂ ਉਸ ਤੋਂ ਬਾਅਦ ਬੋਲੀ ਹੁਣ ਬਾਕੀ ਚੀਜ਼ਾਂ ਨੂੰ ਲੈ ਕੇ ਕਿੱਦਾਂ ਕਿਉਂਕਿ ਜੇਲ੍ਹ ਦੇ ਵਿੱਚ ਬਾਕੀ ਲੋਕਾਂ ਨਾਲ ਵੀ ਗੱਲ ਹੋਈ ਹੋਣੀ ਨੌਜਵਾਨ ਕੀ ਕਹਿੰਦੇ ਨੇ ਜਾਂ ਜਿੰਨੇ ਹੋਰ ਕਿਸਾਨ ਨੌਜਵਾਨ ਇਹ ਕਹਿੰਦੇ ਨੇ ਕਿ ਜਿੰਨਾ ਚਿਰ ਸੰਘਰਸ਼ ਚੱਲੇਗਾ ਜੇਲ੍ਹਾਂ 'ਚ ਭਾਵੇਂ ਮੈਨੂੰ ਛੱਡਿਆ ਅੱਜ ਇਹਨਾਂ ਨੇ ਰਿਹਾਈ ਕਰਵਾਈ ਕਿਰਪਾ ਕਰਕੇ ਬਹੁਤ ਧੰਨਵਾਦ ਮੈਨੂੰ ਸਵੇਰੇ ਜਾਣਾ ਪਿਆ ਮੈਂ ਸਵੇਰੇ ਫਿਰ ਜਾਣ ਨੂੰ ਪਿਆ ਅੰਦਰ ਦੇ ਹਾਲਾਤ ਇਹ ਆ ਸਰ ਸਾਡੀ ਉਹਨਾਂ ਨੇ ਉੱਥੇ ਸਾਡੀ ਉਹਨਾਂ ਨੇ ਅਖਬਾਰ ਵੀ ਬੰਦ ਕੀਤੀ ਸੀਗੀ ਤੇ ਸਾਨੂੰ ਅਖਬਾਰ ਉੱਥੇ ਕੋਈ ਮੁੰਡਾ ਸਾਨੂੰ ਉੱਥੇ ਆਪਣੇ ਤੋਂ ਬਾਕੀ ਚੋਰੀ ਦੇ ਕੇ ਸਾਨੂੰ ਅਖਬਾਰ ਜਾਂਦਾ ਸੀਗਾ ਆਪਾਂ ਉੱਥੇ ਚੋਰੀ ਅਖਬਾਰ ਪੜ੍ਹਦੇ ਹੁੰਦੇ ਸੀਗੇ ਤੇ ਬਾਕੀ ਉੱਥੇ ਸਾਰਾ ਹਾਲਾਤ ਇੱਥੇ ਸਾਨੂੰ ਪਹਿਲਾਂ ਜਾਂਦੇ ਸਾਨੂੰ ਉਹਨਾਂ 15 ਚਿੱਠੀਆਂ ਦੇ ਵਿੱਚ ਬੰਦ ਰੱਖਿਆ ਸਾਨੂੰ 15 ਦਿਨ ਸਾਨੂੰ ਉਹਨਾਂ ਨੇ ਬੈਰਕ ਦੇ ਵਿੱਚ ਮੁੜ ਕੇ ਭੇਜਿਆ ਜੀ ਸਰ ਬੈਰਕ ਤਕਰੀਬਨ ਸਵੇਰ ਨੂੰ ਅੱਧਾ ਘੰਟਾ ਖੋਲਦੇ ਆ ਉਸ ਤੋਂ ਬਾਅਦ ਬੈਰਕ ਨਹੀਂ ਖੋਲਦੇ ਜੀ ਰੋਟੀ ਪਾਣੀ ਸਾਨੂੰ ਚਾਹ ਆਉਂਦੇ ਹੀ ਦਿੰਦੇ ਆ ਤੁਹਾਡੇ ਪਿੱਛੇ ਕਹਿੰਦਾ ਜਲ ਗਈ ਪਾਟਾ ਕਹਿੰਦਾ ਬਣ ਨਹੀਂ ਗਿਆ ਹਾਲੇ ਵੀ ਨਹੀਂ ਕਹਿੰਦਾ ਸੁਧਰੇ
अंदर वतीरा किते गए तां इह मनजिंदर सिरसा दे वल्लों सम्मान कीता जा रहा है। बाबा जी अंदर दे हालात दसो की ने दो की जमानत पहला हो गई थी, चार की अज हुई है, बाकी जो तीन सारे जो नौ लोग जमानत हम नौ भी हो गई है, पहला गुरमुख सिंह जी जीसी नौ भी हुई थी, हूँ बाकी सत्तां भी हो गई है, लेकिन तीन लोगों के जमानत के कार्य अच्छ पूरे नहीं हो सके जेडे कि सवेरे पूरे हो जाएंगे और बाकी तीन लोग जोड़े ने इस केस अंदर वो कल रिहा हो गए, तो नौ के नौ लोग जोड़े ने इस केस रिहा हो गया और सारे उत्ते 307 लगाई गई है, जिस तीन जने बजुर्ग थे, एक सरदार जीत सिंह जी, सरदार गुरमुख सिंह जी और सरदार जोगिंदर सिंह जी, और इस केस के अंदर जिम्मे तुम गुरमुख सिंह जी ने दसिया और पहला भी दसिया कि तरह जेडे बाकी मुंडे अरेस्ट किए गए थे, कुटमार भी की गई और बकायदा खड़िया कर करके कुटिया गया, पर सानू इस गल का बड़ा अफसोस और दुख आ, पर कोई गल नहीं सारे के हौसले बुलाते हैं, गल है कि उन्होंने कुटन का परपस यह ना भी साढ़े हौसले तोड़ने हैं, यही परपस है वो नहीं तोड़ सके, साढ़े हौसले होर चढ़ती करा चाह जिमें बाकिया ने कहा तुम इन्हें पूछ लो, अस नहीं बोलना तुम इन्हें पूछ लो इतों जाने कि सारे किसान देख रहे हो तस्वीर सारे किसान देख रहे हो तस्वीर पिछे भी खड़े ने पिछे भी खड़े ने सारे किसान जिन्हों की जमानत हुई है किसान फिर किसान आंदोलन के
ਚਾਲੀ ਬੜਾ ਉੱਥੇ ਦਿੰਦੇ ਆ ਬਹੁਤ ਗੰਦਾ ਜੁਗ ਦਿੱਤਾ ਜਿਸਨੂੰ ਇਹ ਘਟਨਾ ਤਾਂ ਬਹੁਤ ਮਾੜਾ ਸੀ ਜਿਸ ਦੇ ਵਿੱਚ ਬਹੁਤ ਬੇਦੋਸ਼ੇ ਲੋਕਾਂ ਨੂੰ 122 ਲੋਕਾਂ ਨੂੰ ਉਸੇ ਦਿਨ ਜੇਲ੍ਹਾਂ 'ਚ ਬੰਦ ਕੀਤਾ ਔਰ ਉਸ ਤੋਂ ਬਾਅਦ ਜਦੋਂ ਬੰਦ ਨਹੀਂ ਹੋਇਆ 28-29-30 ਮੈਂ ਕਹਿੰਦਾ 8 ਫਰਵਰੀ ਤੱਕ ਹੁਣ ਵੀ ਉਹ ਕੰਟੀਨਿਊ ਇਹਨਾਂ ਦੀ ਦਾਸਤਾਂ ਸਿਰਸਾ ਸਾਹਿਬ ਨੇ ਪਹਿਲਾਂ ਸੁਣਾਈ ਹੈ ਇਹ ਬੜੀ ਮੈਂ ਕਹਿੰਦਾ ਵੀ ਆਈ ਓਪਨਰ ਹੈ ਇਹ 26 ਦੀ ਘਟਨਾ ਨੂੰ ਗ੍ਰਿਫਤਾਰ ਨਹੀਂ ਹੋਏ ਇਹ 28 ਨੂੰ ਗ੍ਰਿਫਤਾਰ ਹੋਏ ਜਦੋਂ ਕਿ ਘਟਨਾ 26 28 ਨੂੰ ਬਰਾੜੀ ਦੇ ਵਿੱਚੋਂ ਇਹਨਾਂ ਦੇ ਐਲੀਗੇਸ਼ਨ ਇਹ ਹੈ ਇਹ ਟਰਾਲੀ ਟਰੈਕਟਰ ਕੱਢ ਕੇ ਲਾਲ ਕਿਲੇ ਨੂੰ ਜਾ ਰਹੇ ਸੀ ਜਦਕਿ 28 ਨੂੰ ਤਾਂ ਕੋਈ ਐਵਿਡੈਂਸ ਹੋਈ ਨਹੀਂ ਤਾਂ ਬਿਲਕੁਲ ਮੈਂ ਕਹਿੰਦਾ ਵੀ ਇਹਨੂੰ ਫਾਲਸਲੀ ਇੰਪਲੀਕੇਟ ਕੀਤਾ ਹੋਇਆ ਬਿਲਕੁਲ ਬੇਦੋਸ਼ੇ ਸਰ ਐਲੀਗੇਸ਼ਨ ਦਾ ਕੋਈ ਇਹਨਾਂ ਦਾ ਪ੍ਰੂਵ ਹੀ ਨਹੀਂ ਹੁੰਦਾ ਹੈ ਔਰ ਮੈਨੂੰ ਤਾਂ ਇਹ ਹੈਰਾਨੀ ਹੈ ਜਿਹੜੇ ਆਪਣੀਆਂ ਮੁੰਗਾਂ ਲਈ ਲੜਦੇ ਕਿਸਾਨ ਉਹਨਾਂ ਦੇ ਉੱਪਰ 300 ਸਾਲ ਦੀਆਂ ਡਰਾਮਾ ਜਿਹੜੀਆਂ ਉਹਨਾਂ ਦਾ ਕਤਲ ਦੀਆਂ ਨੇ ਜਿਹੜੀਆਂ ਜਰਾਇਮ ਕੇਸਾਂ ਲੋਕਾਂ ਦੇ ਉੱਪਰ ਲੱਗੀਆਂ ਉਹਨਾਂ ਦੇ ਪਲਾਈ ਜਾ ਰਹੀਆਂ ਨੇ ਅੱਛਾ ਇਸ ਤੋਂ ਵੇਲੇ 395-397 ਜਿਹੜੀ ਡਕੈਤੀ ਵਰਗੀਆਂ ਡਰਾਮਾ ਨੇ ਉਹ ਸਾਰੀਆਂ ਕਿਸਾਨ ਆਗੂਆਂ ਦੇ ਇਹਨਾਂ ਸਾਰੇ ਬੇਦੋਸ਼ਾਂ ਲੋਕਾਂ ਦੇ ਲਾਈਆਂ ਤਾਂ ਉਮਰਾਂ ਦੇਖੋ ਇਹਨਾਂ ਦੀਆਂ ਇਸ ਤੋਂ ਵੀ ਅੱਗੇ ਦੱਸ ਨਹੀਂ ਕੀਤੀ ਜਬਰ ਕੰਟਰੋਲ ਦਿੰਦਾ ਵੀ ਇੰਨੇ ਨੋਟਿਸ ਜਿਹੜੇ ਆਹ ਸਿਰਸਾ ਜੀ ਦੱਸ ਰਹੇ ਸੀ ਹੁਣ ਵੀ ਉਹ ਨੋਟਿਸਾਂ ਅਸੀਂ ਐਂਟੀਸਪੇਟਿਡ ਬਿੱਲਾਂ 'ਤੇ ਵੀ ਜਾ ਰਹੇ ਹਾਂ ਪੰਜਾਬ 'ਚ ਹਰਿਆਣਾ ਯੂਪੀ 'ਚ ਰਾਜਸਥਾਨ ਜਿਹੜੀਆਂ FIR ਅਨਆਈਡੈਂਟੀਫਾਈਡ ਪਰਸਨ ਦੇ ਖਿਲਾਫ ਉਹ ਰੱਖੇ ਹੋਏ ਪੁਲਿਸ ਨੇ ਲਾਈਨ ਕਰ ਦਿੱਤੀ ਹੈ ਬੇਦੋਸ਼ੇ ਲੋਕਾਂ ਨੂੰ ਲਿਆਓ ਇਨਵੈਸਟੀਗੇਸ਼ਨ ਦੇ ਬੰਦ ਨੇ ਉਹਨਾਂ ਨੂੰ ਪਰਚਾ ਦਰਜ ਕੀਤਾ ਜਿਹੜਾ ਉਹਦੇ ਵਿੱਚ ਇਸ ਲਈ ਮੈਂ ਤਾਂ ਬਹੁਤ ਧੰਨਵਾਦ ਦਿੰਦਾ ਜਿਹੜਾ ਸਾਡੀ ਮੀਡੀਆ ਨੇ ਲਾਈਨ ਜੁੜ ਕੇ ਮਿਲਣ ਬੱਚੇ ਔਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਦਿੱਲੀ ਦੁਆਰਾ ਕਮੇਟੀ ਦਾ ਔਰ ਖਾਸ ਕਰ ਪੰਜਾਬ ਔਰ ਉਹਨਾਂ ਦੀ ਸਾਰੀ ਕਾਲੋ ਸਾਹਿਬ ਢਿੱਲੋਂ ਸਾਹਿਬ ਸਾਡੇ ਸਿੱਧੂ ਸਾਹਿਬ ਇੱਥੇ ਬੜੀ ਟੀਮ ਹੈ 150 ਜਿਹੜੀ ਬਹੁਤ ਹੀ ਉਹ ਕੰਮ ਕਰ ਰਹੀ ਹੈ ਉਹਨਾਂ ਸਾਰੇ ਜਿਹੜੇ ਵੀ ਤੁਸੀਂ ਲੋਕਾਂ ਨੂੰ ਜਿਹੜਾ ਦੇ ਘਾਣ ਦੇ ਵਿੱਚੋਂ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਵਿਕਟਰ ਤੋਂ ਬਾਅਦ ਜਿਹੜੇ ਬੇਦੋਸ਼ੇ ਨੌਜਵਾਨ ਨੇ ਔਰ ਜਿਹੜਾ ਉਹ ਜਿਹੜਾ ਗਵਾ ਚੁੱਕੇ ਨੇ ਹੋ ਸਕਦਾ 5 ਜਾਂ 7 ਕੱਲ੍ਹ ਨੂੰ ਆਉਣਗੇ ਔਰ ਮੈਨੂੰ ਉਮੀਦ ਹੈ ਵੀ ਜਿੰਨੀ ਧੰਦੇ ਇਹਨਾਂ ਨੇ ਸਾਰੀ ਟੀਮ ਕੰਮ ਕਰ ਰਹੀ ਹੈ ਅਸੀਂ ਹਫ਼ਤੇ ਜਾਂ 10 ਦੇ ਵਿੱਚ ਸਾਰਿਆਂ ਨੂੰ ਜਿਹੜਾ ਲੋਕ ਬਾਹਰ ਕਢਾਉਣ ਨੂੰ ਸਫਲ ਹੋਵਾਂਗੇ ਇਸ ਦਾ ਸਾਰਾ ਜਿਹੜਾ ਸਿਹਰਾ ਮੈਂ ਕਹਿੰਦਾ ਵੀ ਇਹ ਇੱਕ ਕਿਸਾਨ ਏਕਤਾ ਸੰਯੁਕਤ ਕਿਸਾਨ ਮੋਰਚਾ ਦਿੱਲੀ ਮੁਕਾਰ ਪ੍ਰਬੰਧਕ ਔਰ ਸਾਰੀ ਵਕੀਲਾਂ ਦੀ ਟੀਮ ਜਿਹੜੀ ਸਾਡੇ ਨਾਲ ਔਰ ਮੈਂ ਕਹਿੰਦਾ ਹਾਈ ਕੋਰਟ ਦੀ ਸਰਦਾਰ ਰਜਿੰਦਰ ਸਿੰਘ ਚੀਮਾ ਜਿਨ੍ਹਾਂ ਦੇ ਜੂਨੀਅਰ ਨੇ ਸਾਰੇ ਇੱਥੇ ਨੌਜਵਾਨ ਵਕੀਲ ਉਹਨਾਂ ਨਾਲ ਮਿਲ ਕੇ ਚੱਲ ਰਹੇ ਨੇ ਸਿਰਸਾ ਜੀ ਦੀ ਅਗਵਾਈ ਹੈ ਤਾਂ ਇਹ ਬਹੁਤ ਵੱਡਾ ਮੈਂ ਤਾਂ ਸਮਝਦਾ ਉੱਦਮ ਹੈ ਜਿੰਨਾ ਵੱਡਾ ਜਬਰ ਸੀ ਸਰਕਾਰ ਨੇ ਕੀਤਾ 26 ਦੀ ਘਟਨਾ ਕਰਨ ਵਿੱਚ ਬਹੁਤ ਵੱਡਾ ਡਿਵਾਈਡ ਕ੍ਰੀਏਟ ਕਰਨ ਦੇ ਵਿੱਚ ਸਿਰਸਾ ਦੇ ਅੰਦਰ ਜਾਂ ਬਹੁਤ ਵੱਡਾ ਮੈਂ ਕਹਿੰਦਾ ਸੀ ਤਾਂ ਵੀ ਇਹ ਬਚ ਗਿਆ ਜੇਕਰ ਇਹ ਸਮਝਾ ਨਾ ਤਾਂ ਬਹੁਤ ਕੁਛ ਕਹਿਣਾ ਚਾਹ ਰਹੇ ਸੀ ਤੁਸੀਂ ਕੁਛ ਕਹਿਣਾ ਚਾਹ ਰਹੇ ਸੀ ਇਹ ਇਸ ਲਈ ਇਸ ਨੂੰ ਹੁਣ ਸਾਰੇ ਯੂਨਾਈਟਡ ਇਕੱਠੇ ਹੋ ਕੇ ਸਾਰੇ ਕਿਸਾਨ ਬਾਹਰ ਆ ਕਿਸਾਨੀ ਮੰਗਾਂ ਲਈ ਇਕੱਠੇ ਹੋ ਕੇ ਅਸੀਂ ਫਾਈਟ ਕਰੀਏ ਅੰਦੋਲਨ ਨੂੰ ਦੁਬਾਰਾ ਜਿਹੜਾ ਮੁੱਦੇ ਮੀਆਂ ਦੇ ਉੱਪਰ ਆਇਆ ਰਿਵਾਈਵਲ ਹੋ ਗਏ ਸਾਡੇ ਹੋਈ ਹੈ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੇ ਕਾਲੇ ਨੇ ਉਹਨੂੰ ਰੱਦ ਕਰੀਏ ਇੱਕ ਵੱਡੀ ਸ਼ਕਤੀ ਨਾਲ ਲੜਾਈ ਲੜੀਏ ਔਰ ਇਹ ਅੱਜ ਦਾ ਕੰਮ ਮੈਂ ਕਹਿੰਦਾ ਇਹਨਾਂ ਨੂੰ ਵਧਾਈ ਵੀ ਹੈ ਔਰ ਅੱਜ ਦਾ ਸੁਨੇਹਾ ਵੀ ਹੈ ਵੀ ਸਾਰੇ ਇਕੱਠੇ ਹੋ ਕੇ ਦੁਬਾਰਾ ਤੋਂ ਅੰਦੋਲਨ ਨੂੰ ਮੁੜ ਕਰੂੰਗਾ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਮੇਰੇ ਹੁਣ ਫਿਰ ਸਾਲੀ ਹੈ ਜੀ ਮੈਂ ਉਸ ਤੋਂ ਦਾ ਅਸੀਂ ਮਜ਼ਬੂਤ ਦਾ ਸ਼ਕੇ ਮੇਰੇ ਹੋਰ ਵੀ ਸਿੰਘ ਜਿਹੜੇ ਕੰਮ ਕਰ ਸਕਦੇ ਨੇ ਸਾਨੂੰ ਪੁਲਿਸ ਨੇ ਆਪਣੇ ਜ਼ਬਰਦਸਤੀ ਸ਼ਿਕਾਰ ਲਾਏ ਨੇ ਤਾਂ ਪਹਿਲਾਂ ਜ਼ਬਰਦਸਤੀ ਕਰਨ ਲੱਗੀ ਨੇ ਮੈਂ ਸ਼੍ਰੋਮਣੀ ਜਿਹੜਾ ਕਿਸਾਨ ਜੀ ਨੇ ਅੰਮ੍ਰਿਤਸਰ ਦਾ ਮੈਂ ਮਾਨਸਾ ਤੋਂ ਜ਼ਿਲ੍ਹਾ ਪ੍ਰਧਾਨ ਹਾਂ ਸਾਡੇ ਪ੍ਰਧਾਨ ਨੇ ਦੁਨੀਆਂ ਦੇ ਸਿਰਸਾ ਸਾਹਿਬ ਪੰਗੂ ਸਾਹਿਬ ਮੈਂ ਸਾਰੀ ਟੀਮ ਦਾ ਗਾਉਂਦੀ ਜਾਣ ਦਾ ਮਾਫ਼ੀ ਮੰਗਦਾ ਮੈਂ ਸਾਰੇ ਦਾ ਤਹਿ ਦਿਲ ਧੰਨਵਾਦ ਕਰਦਾ ਉਸ ਨੇ ਜ਼ਬਰਦਸਤੀ ਕੀਤੀ ਮੈਂ ਤੁਹਾਨੂੰ ਇਹ ਦੱਸਿਆ ਕਿ ਸਾਡੇ ਕਕਾਰ ਵੀ ਕੜੇ ਵੀ ਅਤੇ ਦੁਕਾਨਾਂ ਵੀ ਲਾਹੀਆਂ ਨੇ ਜ਼ਬਰਦਸਤੀ ਸਾਡੇ ਇਹ ਧੱਕਾ ਜਿਹੜਾ ਉਹਨੇ ਵਜ੍ਹਾ ਕੀ ਦੱਸੀ ਲਾਉਣ ਦੀ ਧੱਕੇ ਨਾਲ ਲਾਤੀ ਕਹਿੰਦੇ ਇਹ ਨਹੀਂ ਜਾ ਸਕਦੇ ਨਹੀਂ ਜੀ ਇਹ ਨਹੀਂ ਜਾ ਸਕਦੇ ਅਤੇ ਮੇਰੀ 6 ਇੰਚ ਦੀ ਇੱਕ 5 ਜੀ ਮੈਂ ਤਾਂ ਸਾਨੂੰ ਅਲਾਓ ਕਰਤੀ 6 ਇੰਚ ਦੀ ਐਡਵੋਕੇਟ ਸਾਹਿਬ ਖੜ੍ਹੇ ਨੇ ਸਾਡੇ ਨਾਲ ਜਿਨ੍ਹਾਂ ਨੇ ਸਾਨੂੰ ਬਾਹਰ ਕਢਾਇਆ ਅਤੇ ਉਹ ਕਹਿੰਦੇ ਜੀ ਨਹੀਂ ਜਾਂਦੀ ਮੈਂ ਕੜਾ ਤਾਂ ਕੋਈ ਕ੍ਰਾਈਮ ਨਹੀਂ ਕਰਦਾ ਕਹਿੰਦੇ ਜੀ ਕੜਾ ਵੀ ਨਹੀਂ ਛੱਡਦਾ ਅਸੀਂ ਹਾਲਾਂਕਿ ਜਦੋਂ ਕਿ ਸੰਵਿਧਾਨ ਦੀ ਧਾਰਾ 25 ਕਲੋਜ਼ B1 ਦੇ ਮੁਤਾਬਕ ਐਵਰੀ ਸਿੱਖ ਕੈਨ ਕੈਰਿੰਗ ਐਂਡ ਵੀਰ ਸਪੋਰਟ ਅਸੀਂ ਆਪਣੀ ਕਿਰਪਾਨ ਚੱਕ ਕੇ ਪਹਿਨ ਕੇ ਕਿਤੇ ਵੀ ਜਾ ਸਕਦੇ ਹਾਂ ਸਾਡਾ ਰਾਈਟ ਆ ਉਹ ਸਾਡਾ ਰਾਈਟ ਖੋਲਿਆ ਮੈਂ ਹੁਣ ਇੱਕ ਗੱਲ ਹੀ ਕਹਿਣਾ ਕਿ ਭਾਈ ਅਸੀਂ ਇਕੱਠੇ ਇਕੱਠੇ ਰਹਿ ਕੇ ਵੋਟ ਗਏ ਅਸੀਂ ਫਰੰਟਾਂ 'ਤੇ ਲੜ ਰਹੇ ਹਾਂ ਜਿੰਨੇ ਚੜ੍ਹ ਕੇ ਜਿੱਤੀਏ ਜ਼ਰੂਰ ਮੋਦੀ ਸਰਕਾਰ ਇਹ ਜਿੱਤਣਗੇ ਜ਼ਰੂਰ ਅਸੀਂ ਮੋਰਚੇ 'ਚ ਜਾਵਾਂਗੇ ਹੁਣ ਅਸੀਂ 23 ਤਰੀਕ ਤੋਂ ਫਿਰ ਜੇਲ੍ਹ ਭਰੋ ਅੰਦੋਲਨ ਕੱਲ੍ਹ ਤੱਕ ਤੋਂ ਚੱਲ ਰਹੇ ਹਾਂ ਸਾਰੇ ਇਕੱਠੇ ਲੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਇਹ ਵੇਖੋ ਕਿ ਅੱਜ ਜਿਹੜੇ ਹੈ 4 ਕਿਸਾਨ ਇੱਕ ਮੈਂ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਜਿਵੇਂ ਪੰਗੂ ਸਾਹਿਬ ਨੇ ਗੱਲ ਕੀਤੀ ਸਾਨੂੰ ਵੱਖ ਵੱਖ ਕਰਨ ਦੀ ਕੋਸ਼ਿਸ਼ ਪਰ ਸਾਨੂੰ
ਨੂੰ ਪੁੱਛਿਆ ਕਿ ਅਸੀਂ ਇਸੇ ਬਾਰੇ ਚਲੋ ਇਕੱਠੀ ਹੋ ਗਏ ਇਹ ਗੱਲ ਦੂਜੀ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਠੀਕ ਆ ਸੀ ਪਰ ਇਹ ਸਾਡੀ ਕਮਿਊਨਿਟੀ ਦੀ ਲੜਾਈ ਆ ਸਾਡੇ ਕਿਸਾਨੀ ਦੀ ਲੜਾਈ ਆ ਇਹਦੇ ਵਿੱਚ ਸਾਨੂੰ ਜਾਨ ਵੀ ਦੇਣੀ ਪਊ ਪਿੱਛੇ ਹੀ ਹਟਾਂਗੇ ਇੱਥੇ ਹਰ ਬੰਦੇ ਨੇ ਆਪਣੀ ਯੋਗ ਤੋਂ ਵੱਧ ਇਹਦੇ ਅੰਦਰ ਯੋਗਦਾਨ ਪਾਇਆ ਹੈ ਦੇਖੋ ਅਸੀਂ ਤਾਂ ਦਿੱਲੀ 'ਚ ਬੈਠੇ ਹਾਂ ਸਾਡੇ ਲਈ ਬਹੁਤ ਸੌਖਾ ਦਿਨ ਵੀ ਪੰਗੂ ਸਾਹਿਬ ਉੱਥੋਂ ਆਏ ਨੇ ਅੱਜ ਕੰਮ ਸੀ ਜਿਹੜੀ ਲੜਾਈ ਆ ਇਹ ਦੇਖਣ ਦੀ ਲੋੜ ਆ ਕਿ ਅੱਜ ਅਸੀਂ ਸਾਰੇ ਸਿਰ ਜੋੜ ਕੇ ਲੜਾਈ ਲੜ ਰਹੇ ਹਾਂ ਮੈਂ ਸਭ ਨੇ ਬੇਨਤੀ ਕਰਦਾ ਹੈ ਕਿ ਇਸ ਜੰਗ ਨੂੰ ਆਪਾਂ ਜਿੱਤਣਾ ਹੈ ਇਸ ਸੂਚ ਚ ਹਾਰਨ ਦੇਣਾ ਇਸ ਕਰਕੇ ਆਪਣੀ ਇੱਕ ਇਕਰਤਾ ਬਣਾਈ ਰੱਖਿਓ ਆਪਾਂ ਜਿੱਤਾਂਗੇ ਜ਼ਰੂਰ ਆਪਣੇ ਹੌਸਲੇ ਬੁਲੰਦ ਰੱਖਿਓ ਜੀ ਅੱਜ ਚਾਰ ਕਿਸਾਨ ਜੇਲ੍ਹ ਤੋਂ ਰਿਹਾ ਹੋਏ ਨੇ ਅੱਜ ਚਾਰ ਕਿਸਾਨ ਜਿਹੜੇ ਨੇ ਉਹ ਰਿਹਾ ਹੋਏ ਨੇ ਗੱਲ